ਇਯਾਕਾ ਨਅਬਦੁ ਵਇਯਾਕਾ ਨਸਤਾਈਨ। ਅਸਲਾਮੁ ਅਲੈਕੁਮ ਜੀ। ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਕਰਮ ਨਾਲ ਉਮੀਦ ਹੈ ਤੁਸੀਂ ਵੀ ਖੈਰ ਖਰੀਅਤ ਨਾਲ ਹੋਵੋਗੇ। ਅੱਲਾ ਤਾਲਾ ਤੁਹਾਨੂੰ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਮਹਿਫੂਜ਼ ਰੱਖੇ, ਆਮੀਨ। ਤੁਸੀਂ ਦੇਖਦੇ ਪਏ ਆਪਣਾ ਯੂਟਿਊਬ ਚੈਨਲ ਐਗਰੀ ਖਾਨੇਵਾਲ, ਮੈਂ ਮੁਹੰਮਦ ਇਮਰਾਨ। ਹਾਂਜੀ ਜੀ ਬਾਈ ਜੀ, ਵੀ ਕੋਸ਼ਟਾਂ ਆਪਣੇ ਵੀਰਾਂ ਨੇ, ਆਪਣੇ ਜੱਟ ਜ਼ਿਮੀਦਾਰਾਂ ਭਰਾਵਾਂ ਨੇ ਵੀ ਕਣਕ ਮਸ਼ੀਨ ਨਾਲ ਵੀ ਕੰਪੈਨ ਨਾਲ ਕਢਵਾਈ ਹੋਈ ਆ, ਉਹਦਾ ਵਿਜ਼ਿਟ ਕਰਾਵਾਂਗੇ। ਕੁਛ ਇੱਧਰ ਚੈਪਰ ਚੱਲਦੀ ਪਈ, ਉਹਦਾ ਵਿਜ਼ਿਟ ਕਰਾਵਾਂਗੇ। ਕੁਛ ਤੁਹਾਨੂੰ ਆਪਾਂ ਕੰਪੈਨ ਦਾ ਵੀ ਕਰਾਵਾਂਗੇ, ਅਤੇ ਕੁਛ ਚਾਚੇ ਹੁਣੀ ਬਜ਼ੁਰਗ ਆ ਸਾਡੇ ਖੜ੍ਹੇ, ਇਹਨਾਂ ਦੇ ਇਹਨਾਂ ਕੋਲੋਂ ਪੁੱਛਦੇ ਵੀ ਮਸ਼ੀਨ ਕਿਵੇਂ ਸਹੀ ਦਾਣਾ ਕੱਢਦੀ ਪਈ ਆ, ਵੀ ਪਿੱਛੇ ਸਿੱਟਾ ਸੁੱਟਾ ਤਾਂ ਨਹੀਂ ਗਾ ਛੱਡਦੀ, ਜਾਂ ਵੀ ਕੋਈ ਦਲੀਆ ਵੀ ਟੋਟਾ ਬਣਾਉਂਦੀ ਪਈ ਆ, ਇਸ ਹਿਸਾਬ ਨਾਲ। ਹਾਂਜੀ ਚਾਚਾ ਜੀ ਦੱਸੋ ਜੀ, ਸਹੀ ਹੈ? ਬਿਲਕੁਲ। ਅੱਛਾ, ਕਿੱਲੇ ਦੀ ਕਿੰਨੀ ਨਿਕਲਦੀ ਪਈ ਆ? 55-60। ਇਹ ਤਾਂ ਮਾਸ਼ਾਅੱਲਾ ਠੀਕ ਆ ਚਾਚਾ। ਕਿੰਨੀ ਕੁ ਖੁਰਾਕ ਪਈ ਆ? ਖੁਰਾਕ ਕੀ ਆ, ਇੱਕ ਬੋਰੀ ਡੀਏਪੀ ਦੀ ਤੇ ਦੋ ਯੂਰੀਆ ਦੀ। ਅੱਛਾ, ਫਿਰ ਤਾਂ ਨਾਰਮਲ ਹੀ ਆ, ਫਿਰ ਤਾਂ ਅੱਲਾ ਖੈਰ ਕਰੇ ਠੀਕ ਨਿਕਲ ਰਹੀ ਹੈ ਕਣਕ, ਅੱਲਾ ਤਾਲਾ ਦੇ ਕੰਮ ਨੇ ਬਾਕੀ। ਤੇ ਬਹਰਹਾਲ ਚਾਚਾ, ਹੁਣ ਆਪਾਂ ਨੂੰ ਜੱਟਾਂ ਜ਼ਿਮੀਦਾਰਾਂ ਨੂੰ ਇਹ ਦੁਆ ਕਰਨੀ ਚਾਹੀਦੀ ਹੈ ਅੱਲਾ ਤਾਲਾ ਅੱਗੇ ਕਿ ਮੌਸਮ ਸਾਫ਼ ਰੱਖੇ। ਹੈ, ਮੌਸਮ ਵੀ ਸਾਫ਼ ਰੱਖੇ ਤੇ ਇਹਨਾਂ ਤੋਂ ਵੀ ਜਲ ਛਡਾ। ਕਿੰਨਾ ਤੋਂ? ਜਿਹੜੇ ਆਏ ਤੇ ਚੋਰ। ਉਹ ਪਾਪਾ ਉੱਤੇ ਖੜਾ ਡਾਕਟਰ ਫੈਸਲ ਸਾਹਿਬ ਆ, ਆਪਣੇ ਵੀਰ ਆਪਣੇ ਦੋਸਤ ਆ, ਤੇ ਕੁਛ ਇਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਂਦੇ ਆ ਬਾਈ ਜੀ, ਦੱਸੋ ਕੋਈ। ਅਲਹਮਦੁਲਿਲਾ, ਸੋਹਣਾ ਆਪਣਾ ਐਵਰੇਜ ਨਿਕਲਣ ਡਈ ਹੈ। ਮੁਸਲਿਮ ਲੀਗ ਦੀ ਹਕੂਮਤ ਦੇ ਵਿੱਚ ਸਾਨੂੰ ਬਹੁਤ ਫਾਇਦਾ ਹੁੰਦਾ ਹੈ, ਹਰ ਚੀਜ਼ ਐਵਰੇਜ ਤੇ ਸਰਕਾਰ ਆਪਣਾ ਜਿਹੜਾ ਨਾ ਵੀ ਬਹੁਤ, ਮੁਸਲਿਮ ਲੀਗ ਦੀ ਹਕੂਮਤ ਅੱਲਾਹ ਤਾਲਾ ਦੀ ਜ਼ਾਤ ਦਾ ਫਜ਼ਲ ਹੋ ਜਾਂਦਾ ਹੈ। ਅੱਲਾਹ ਤਾਲਾ ਦੀ ਜ਼ਾਤ ਦੇ ਨਾਲ ਜਦੋਂ ਇਮਰਾਨ ਖਾਨ ਆਇਆ, ਉਹਨੇ ਆਪਣਾ ਜਿਹੜਾ ਨਾ ਵੀ 30 ਮਨ ਤੇ ਸਾਡੀ ਐਵਰੇਜ ਆ ਗਈ ਹੈ, ਲਵਾਲ ਆ ਗਿਆ ਸੀ। ਜਦੋਂ ਦਾ ਆਪਣਾ ਮੀਆਂ ਸਾਹਿਬ ਆਏ ਨੇ, ਸਾਡੀ ਇਮਾਨ ਫਸਲ ਵੀ ਜ਼ਿਆਦਾ ਹੋਣ ਡਈ ਹੈ, ਤੇ ਸ਼ੁਕਰ ਹੈ ਅਲਹਮਦੁਲਿਲਾ ਮੁਲਕ ਸਿੱਧੇ ਰਸਤੇ ਤੇ ਪੈ ਗਿਆ, ਮਿਹਰਬਾਨੀ ਜੀ। ਅੱਛਾ ਬਾਈ ਜੀ, ਮੈਂ ਗੱਲ ਕਰਦਾ, ਮੇਰਾ ਭਰਾ ਕੰਮ ਬੜੀਆਂ ਕਰ ਗਿਆ ਵਾ, ਲੇਕਿਨ ਮੇਰਾ ਭਰਾ ਜਿਹੜਾ ਨਾ ਵੀ ਨੂਨ ਲੀਗ ਦਾ ਤੇ ਮੈਂ PTI ਦੇ ਵਿੱਚ ਆ ਬਾਈ ਜੀ। ਵੈਸੇ ਇਹ ਜੀ ਹਕੂਮਤ ਜਿੱਦਾਂ ਦੀ ਆਈ ਹੋਈ ਆ, 15,000 ਰੁਪਏ ਦੀ DAP ਦੀ ਬੋਰੀ ਹੋ ਗਈ ਆ, 8,000 ਦੀ ਨੈਟਰੋ ਦੀ ਹੋ ਗਈ, 7,000 ਦੀ ਯੂਰੀਆ ਦੀ ਹੋ ਗਈ ਆ, 1,50,000 ਰੁਪਇਆ ਸਾਡਾ ਠੇਕਾ ਵਾ, ਤੇ ਸਾਨੂੰ ਬੋਰੀਆਂ ਵੀ ਨਹੀਂ ਲੱਭਣ ਡਈਆਂ। ਹਕੂਮਤ ਜਿਹੜੀ ਸਾਡੀ ਹਕੂਮਤ ਆ, ਯਾਨੀ ਕਿ ਗੌਰਮੈਂਟ ਆ, ਬਲਕਿ ਮੈਂ ਤਾਂ ਆਪਦੇ ਮਿੱਤਰਾਂ ਆਪਦੇ ਵੀਰਾਂ ਅੱਗੇ ਹੀ ਰਿਕੁਐਸਟ ਕਰੂੰਗਾ, ਇਹ ਵੀਡੀਓ ਜਲਦੀ ਤੋਂ ਜਲਦੀ ਵਜ਼ੀਰ ਆਜ਼ਮ ਕੋਲ ਪਹੁੰਚਾਈ ਜਾਵੇ, ਅਤੇ ਅੱਗੇ ਆਓ ਤੁਹਾਨੂੰ ਕੁਛ ਵਿਜ਼ਿਟ ਕਰਾਉਂਦੇ ਹਾਂ, ਅੱਗੇ ਚੱਲਦੇ ਹਾਂ, ਅੱਗੇ ਕੁਛ ਨਾ ਕੁਛ। ਬਾਰਦਾਨਾ ਤਾਂ ਲੱਭਦਾ ਹੀ ਨਹੀਂ ਪਿਆ। ਹਾਂਜੀ ਬਾਈ ਜੀ, ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੋਣੀ ਹੋ ਗਿਆ ਬਾਈ ਜੀ, ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ, ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ, ਯੂਰਪ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ, ਤੁਰਕੀ ਵਾਲਿਆਂ ਨੂੰ, ਦੁਬਈ ਵਾਲਿਆਂ ਨੂੰ, ਸਾਊਦੀ ਵਾਲਿਆਂ ਨੂੰ, ਜਿੰਨੇ ਵੀ ਮੇਰੇ ਪਾਕਿਸਤਾਨ ਤੋਂ ਭਰਾ ਗੈਰ ਮੁਲਕ ਗਏ ਹੋਏ ਬਾਈ ਜੀ, ਆਪਣੀ ਤਰਫੋਂ ਸਾਰਿਆਂ ਨੂੰ ਸਲਾਮ ਹੋ ਗਿਆ। ਚੜ੍ਹਦੇ ਪੰਜਾਬ ਵਾਲੇ ਮੇਰੇ ਸਰਦਾਰ ਜੀ ਵੀਰ ਆ, ਉਹਨਾਂ ਨੂੰ ਤਾਂ ਬਾਈ ਜੀ ਆਪਾਂ ਮਹੱਤਾਂ ਦੇ ਟਰਾਕੀ ਭੇਜੀ ਰੱਖੀ ਦੇ, ਆਈ ਲਵ ਯੂ ਕਰਕੇ, ਅਤੇ ਬਾਈ ਉਹਨਾਂ ਨੂੰ ਨਾ ਯਾਦ ਕੀਤੀ ਰੱਖੀ ਦਾ, ਕਿਉਂਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ, ਲਾਈਕ ਕੀਤਾ, ਫੋਲੋ ਕਰਦੇ, ਕਮੈਂਟ ਕਰਦੇ, ਅਤੇ ਆਓ ਹੁਣ ਬਾਈ ਜੀ ਅੱਗੇ ਚੱਲਦੇ। ਚੱਲਦੀਆਂ ਪਈਆਂ ਵਾ, ਬਸ ਹੁਣ ਦੁਆ ਹੀ ਕਰਨੀ ਚਾਹੀਦੀ ਵੀ ਅੱਲਾ ਤਾਲਾ ਮੌਸਮ ਸਾਫ਼ ਰੱਖੇ, ਅਤੇ ਹਰ ਜੱਟ ਜ਼ਿਮੀਦਾਰ ਮੇਰਾ ਭਰਾ ਜਿਹੜਾ ਨਾ ਵੀ ਫਸਲ ਨਾ ਚੁੱਕ ਲਵੇ। ਅਤੇ ਹੁਣ ਆਪਾਂ ਚੱਲਦੇ ਹਾਂ ਬਾਈ ਜੀ ਉੱਧਰ, ਕੁਛ ਕੰਪੈਨ ਦਾ ਤੁਹਾਨੂੰ ਵਿਜ਼ਿਟ ਕਰਾਉਂਦੇ, ਆਓ ਚੱਲੀਏ ਉੱਥੇ।
ਭਾਈ ਜੀ ਵੀ ਆ ਮੇਰਾ ਚਾਚਾ ਤੇ ਮੈਂ ਤਾਂ ਹੈਗੇ ਵੀ PTI ਦੇ ਗੱਲ ਸਿੱਧੀ ਤੇ ਸਾਫ਼ ਇੱਕ ਭਾਈ ਇਹ ਬੈਠਾ ਵਾ ਕਾੜੇ ਦਾ ਤੇ ਮੇਰਾ ਭਰਾ ਤੇ ਮੇਰਾ ਵੀਰ ਫੈਸਲ ਮੇਰੇ ਚੱਕਦਾ ਹੀ ਆ ਅਤੇ ਲੇਕਿਨ ਇਹਨੂੰ ਲੀਕਦਾ ਵਾ ਅਤੇ ਵਿੱਚ ਗੱਲਾਂ ਕੀਤੀਆਂ ਚਲੋ ਠੀਕ ਆ ਉਹ ਚੰਗੀਆਂ ਕੀਤੀਆਂ ਮਾੜੀਆਂ ਕੀਤੀਆਂ ਠੀਕ ਕਰ ਦਿੱਤੀਆਂ ਭਾਈ ਜੀ 2013 ਤੋਂ ਲੈ ਕੇ 2018 ਤੱਕ ਵੇਖ ਲਓ ਸਾਨੂੰ ਜ਼ਿਮੀਦਾਰਾਂ ਨੂੰ ਤੂਫਾਨ ਆਇਆ ਸਾਨੂੰ 5000 ਰੁਪਏ ਏਕੜ ਦਿੱਤਾ 1000 ਦੀ ਗੈਰ ਮੁਲਕੀ ਯੂਰੀਆ ਉਹ ਅਸੀਂ ਲਈ ਹੈ 2500 ਦੀ ਅਸੀਂ DAP ਲਈ ਹੈ ਜਦੋਂ ਇਮਰਾਨ ਖਾਨ ਦੀ ਹਕੂਮਤ ਆਈ ਹੈ ਸਾਰਾ ਬੇੜਾ ਗਰਕ ਹੋ ਗਿਆ 2018 ਤੋਂ ਲੈ ਕੇ 2023 ਇਮਰਾਨ ਖਾਨ ਦੀ ਹਕੂਮਤ 'ਚ ਤੁਸੀਂ ਬੋਰੀਆਂ ਲੈਣ 'ਚ ਤਾਂ ਨਹੀਂ ਲੱਗ ਕੇ ਲਈਆਂ ਜਾ ਕੇ ਇਮਰਾਨ ਖਾਨ ਦੀ ਹਕੂਮਤ 'ਚ ਤੁਸੀਂ ਰੇਟ ਫਸਲਾਂ ਦੇ ਦੇਖੇ ਕਿੱਥੇ ਗਏ ਆ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ ਗੰਜੀਆਂ ਇਸ ਤਰੀਕੇ ਤਾਂ ਨਹੀਂ ਸੀ ਪਈਆਂ ਸਟੋਰ ਤਾਂ ਨਹੀਂ ਸੀ ਕੀਤੀਆਂ ਬਾਹਰਲੇ ਮੁਲ ਇਰਾਨ ਵਾਲਾ ਰਾਤ ਕੱਢਦਾ ਸੀਗਾ ਯਾਰ ਉਹਨੇ ਬਾਹਰਲੇ ਮੁਲਕਾਂ ਨੂੰ ਦਿੱਤੇ ਤਾਂ ਸਾਨੂੰ ਕੋਈ 1000-2000 ਵਧਾ ਕੇ ਦਿੰਦੇ ਰੇਟ 5000-8000 ਸਾਨੂੰ ਵੀ ਕੋਈ ਮੁਫਾਦ ਹੁੰਦਾ 1.5-1.5 ਲੱਖ ਰੁਪਈਆ ਅਸੀਂ ਇੱਕ ਠੇਕਾ ਭਰਿਆ ਹੋਇਆ ਠੇਕਾ ਭਰ ਕੇ ਸਾਨੂੰ ਕੀ ਬਚਦਾ ਸਾਨੂੰ ਤਾਂ 100 ਰੁਪਈਆ ਦਿਹਾੜੀ ਨਹੀਂ ਬਚਣ ਦਿਆ ਤੁਹਾਡੀ ਹਕੂਮਤ ਦੇ ਵਿੱਚ ਕੋਈ ਜਿੰਨੀ ਮਹਿੰਗਾਈ ਹੈ ਇਹ ਸਾਰੀ ਇਮਰਾਨ ਖਾਨ ਦੇ ਦੌਰ ਦੇ ਵਿੱਚ ਆਈ ਹੈ ਤੁਸੀਂ ਇਹ ਵੇਖ ਲਓ ਵੀ ਮਸਾਲੀ ਹਕੂਮਤ ਹਾਂਜੀ ਜੀ ਬਾਈ ਜੀ ਮੇਰੇ ਦੋਸਤ ਮੇਰੇ ਮਿੱਤਰ ਮੇਰੇ ਭਰਾ ਮੇਰੀਆਂ ਯਾਨੀ ਕਿ ਨਵੀਆਂ ਵੀਡੀਓ ਵੇਖਦੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਅਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਿਓ ਨੂਨ ਲੀਗ ਵਾਲਿਆਂ ਦਾ ਵੀ ਦੱਸਿਓ ਅਤੇ ਆਪਦੇ ਭਰਾ ਇਮਰਾਨ ਦਾ ਵੀ ਦੱਸਿਓ PTI ਦਾ ਅਤੇ ਮੇਰੇ ਜਿਹੜੇ ਦੋਸਤ ਮੇਰੇ ਮਿੱਤਰ ਮੇਰੀਆਂ ਪੁਰਾਣੀਆਂ ਵੀਡੀਓ ਵੇਖਦੇ ਚਾਹੇ ਚੜ੍ਹਦੇ ਪੰਜਾਬ ਦੇ ਚਾਹੇ ਲਹਿੰਦੇ ਪੰਜਾਬ ਦੇ ਆ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਅਤੇ ਉਹ ਵੀ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ ਲਾਜ਼ਮੀ ਦੱਸਣਾ ਬਾਈ ਜੀ ਅਤੇ ਆਪਣੀ ਜਿਹੜੀ ਕਣਕ ਆ ਨਾ ਯਾਨੀ ਕਿ ਰੁਲਦੀ ਪਈ ਆ ਕੋਈ ਰੇਟ ਨਹੀਂ ਗਾ ਬਿਲਕੁਲ ਹੀ ਕੋਈ ਰੇਟ ਨਹੀਂ ਜਿਹੜੇ ਹੈਗੇ ਆਪਣੇ ਵਪਾਰੀ ਆ ਉਹ ਸਾਨੂੰ ਕਈ ਗੱਦੀ ਗੇੜੀਆਂ ਦੀਆਂ ਚੁਪਾਈ ਖੜ੍ਹੇ ਆ ਕੋਈ 3000 ਅਤੇ ਕੋਈ 2800 ਸੁਣਾਈ ਖੜ੍ਹਾ ਵਾ ਕੋਈ ਜਨਾਬ ਵੇਲੇ 3100-3200 ਸੁਣਾਈ ਖੜ੍ਹਾ ਬਾਈ ਜੀ ਇਹ ਤਾਂ ਰੇਟ ਨਹੀਂ ਇਹ ਤਾਂ ਸਾਡੀ ਹਕੂਮਤ ਨੂੰ ਚਾਹੀਦਾ ਕਿ ਰੇਟ ਸਹੀ ਕਰਨਾ ਘੱਟ ਤੋਂ ਘੱਟ ਵੀ 4500-5000 ਤਾਂ ਹੋਣਾ ਚਾਹੀਦਾ ਬਾਈ ਸਾਡੇ ਵੀ ਬੱਚੇ ਆ ਜ਼ਿਮੀਦਾਰ ਨੇ ਇੱਥੋਂ ਛਮਾਹੀ ਸਾਲ ਇੱਥੇ ਕਰਨੀ ਹੁੰਦੀ ਆ ਉਹਨੂੰ ਬੱਚੇ ਕੁਛ ਨਾ ਤਾਂ ਫਾਇਦਾ ਬਾਈ ਸਾਨੂੰ 100 ਰੁਪਈਆ ਵੀ ਦਿਹਾੜੀ ਦਾ ਬਾਜਦਾ ਅਤੇ ਆਓ ਬਾਈ ਅੱਗੇ ਬਾਈ ਜੀ ਦੇਖੋ ਮਾਸ਼ਾਅੱਲਾ ਕੰਬਾਈਨ ਮਾਸ਼ਾਅੱਲਾ ਅੱਛੀ ਯਾਨੀ ਕਿ ਕਟਾਈ ਕਰਦੀ ਪਈ ਆ ਸਾਫ਼ ਸੁਥਰੀ ਕਣਕ ਦੇਖੋ ਤੁਸੀਂ ਅਤੇ ਕਣਕ ਤਾਂ ਬਿਲਕੁਲ ਵੀ ਦੇ ਨਾਲ ਹੀ ਲੱਗੀ ਹੋਈ ਆ ਅਤੇ ਮਾਸ਼ਾਅੱਲਾ ਬੜੇ ਅੱਛੇ ਤਰੀਕੇ ਨਾਲ ਅੱਛੇ ਪਿਆਰੇ ਤਰੀਕੇ ਨਾਲ ਹੀ ਮੇਰਾ ਜਿਹੜਾ ਵਾ ਯਾਨੀ ਕਿ ਡਰਾਈਵਰ ਭਰਾ ਵਾ ਉਹ ਬੜੀ ਕਟਾਈ ਸਲੋ ਕਰਨ ਡਿਆ ਮਸ਼ੀਨ ਵੀ ਬਹੁਤ ਅੱਛੀ ਆ ਪਿਆਰੀ ਆ ਸੋਹਣੀ ਆ ਦਾਣਾ ਵੀ ਸਾਫ਼ ਸੁਥਰਾ ਕੱਢਦੀ ਆ ਅਤੇ ਬਾਈ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਰਿਕੁਐਸਟ ਆਪਾਂ ਇਹੀ ਕਰਦੇ ਹਾਂ ਕਿ ਸਾਨੂੰ ਕੋਈ ਗੰਨਮ ਦਾ ਰੇਟ ਦਿੱਤੇ ਜਾਵੇ ਕਿਉਂਕਿ ਬਾਈ ਜੀ ਜੱਟਾਂ ਜ਼ਿਮੀਦਾਰਾਂ ਦੇ ਪੱਲੇ ਕੋਈ ਸ਼ੈਬ ਨਹੀਂ ਰਹਿ ਜਿੰਨੇ ਮੇਰੇ ਦੋਸਤ ਭਰਾ ਬਲਕਿ ਜਿੰਨੇ ਕਿ ਸਾਰੇ ਜੱਟ ਜ਼ਿਮੀਦਾਰ ਬਾਈ ਅਸੀਂ ਅਤੇ ਸਾਡੇ ਤੱਕ ਵਢੇਰਿਆਂ ਤੋਂ ਹੀ ਕੰਮ ਇਹ ਤੁਰੇ ਹੁੰਦੇ ਆਪਾਂ ਇਹੋ ਜਿਹੀ ਵੀਡੀਓ ਨਹੀਂ ਬਣਾਈ ਅੱਜ ਬਣਾਈ ਆ ਅਤੇ ਇੱਕ ਮੇਰਾ ਵੀਰ ਸੀਗਾ ਨੂਨ ਲੀਗ ਦਾ ਉਹ ਕਹਿੰਦਾ ਅੱਛੀ ਹਕੂਮਤ ਆ ਲੇਕਿਨ ਬਾਈ ਜੀ ਸਾਰੀਆਂ ਹਕੂਮਤਾਂ ਸਾਡੇ ਵਾਸਤੇ ਚੰਗੀਆਂ ਹੀ ਆ ਅਸੀਂ ਨਹੀਂ ਕਹਿੰਦੇ ਕਿ ਕੋਈ ਚੰਗੀ ਆ ਕੋਈ ਮਾੜੀ ਨਹੀਂ ਸਾਰੀਆਂ ਚੰਗੀਆਂ ਸਾਨੂੰ ਇਹ ਆ ਕਿ ਸਾਨੂੰ ਇਹਦਾ ਕੁਛ ਕੀਤਾ ਜਾਵੇ ਸਾਡੀ ਫਸਲਾਂ ਦਾ ਹੁਣ ਰੋਲਦੀਆਂ ਪਈਆਂ ਕੋਈ ਮੇਰਾ ਵੀਰ ਕਿੱਥੇ ਢੇਰੀ ਲਾਈ ਬੈਠਾ ਕੋਈ ਕਿੱਥੇ ਲਾਈ ਬੈਠਾ ਕੋਈ ਘਰੇ ਰੱਖੀ ਜਾਂਦਾ ਵਪਾਰੀ ਜਿਹੜੇ ਉਹ ਗੱਦੀ ਗੇੜੇ ਆਪਦੇ ਲੈਦਾ ਭਾਈ ਖੜੇ ਬੋਰੀਆਂ ਨਹੀਂ ਲੱਭਦੀਆਂ ਲੈਣਾ 'ਚੋਂ ਲੱਗਣਾ ਪਊਗਾ ਯੇ ਹੋ ਜੂਗਾ ਵੋ ਹੋ ਜੂਗਾ ਅਤੇ ਉਹ ਜਿਹੜੀਆਂ ਗੱਜੀਆਂ ਗੁੰਜੀਆਂ ਸੀਗੀਆਂ ਉਹ ਵੀ ਨਹੀਂ ਚੁਕਵਾਈਆਂ ਚਲੋ ਤੁਸੀਂ ਯਾਰ ਕਿਤੇ ਕੋਈ ਬਾਹਰਲੇ ਮੁਲਕਾਂ ਨੂੰ ਕੋਈ ਰਾਹ ਨਰਾਕ ਕੱਢ ਦਿੰਦੇ ਉਹੀ ਸਾਨੂੰ ਜੱਟਾਂ ਜ਼ਿਮੀਦਾਰਾਂ ਨੂੰ ਕੋਈ 1000-1500 ਵੱਧ ਦੇ ਦਿੰਦੇ ਯਾਰ ਅਸੀਂ ਤੁਹਾਨੂੰ ਦੁਆ ਕਰਦੇ
ਤੇ ਬਾਈ ਜੀ ਵੀਡੀਓ ਹੁੰਦੀ ਪਈ ਲੰਮੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਪਏ ਬਾਈ ਜੀ ਆਪਣੇ ਆਪਣਾ